ਅਸੀਂ ਪਿੰਡ ਬਾਦਲ ਦੇ ਵਿੱਚ ਪਹੁੰਚੇ ਹੋਏ ਹਾਂ। ਤੁਸੀਂ ਮੇਰੇ ਪਿੱਛੇ ਜਿਹੜਾ ਟੈਂਟ ਦੇਖ ਰਹੇ ਹੋ, ਇੱਥੇ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਹੋ ਰਹੀ ਹੈ। ਇੱਕ ਵਾਰ ਅਸੀਂ ਬਾਹਰ ਦੀਆਂ ਤਸਵੀਰਾਂ ਦਿਖਾਉਂਦੇ, ਫਿਰ ਅੰਦਰ ਵੀ ਲੈ ਕੇ ਜਾਵਾਂਗੇ ਤੁਹਾਨੂੰ ਕਿ ਕਿੱਦਾਂ ਦੇ ਪ੍ਰਬੰਧ ਕੀਤੇ ਗਏ ਨੇ। ਜੇਕਰ ਮੇਰੇ ਸੱਜੇ ਹੱਥ ਦੇਖੋਗੇ ਤੁਸੀਂ ਤਾਂ ਇੱਥੇ ਸੰਤ ਸਮਾਜ ਦਾ ਜਿਹੜਾ ਲੰਗਰ ਦਾ ਪ੍ਰਬੰਧ ਕੀਤਾ ਗਿਆ, ਔਰ ਇੱਥੇ ਸੰਤ ਸਮਾਜ ਦੇ ਲੰਗਰ ਦਾ ਪ੍ਰਬੰਧ ਹੈ। ਤਾਂ ਬਿਲਕੁਲ ਇਹਦੇ ਨਾਲ ਸਾਹਮਣੇ ਜਿਹੜੇ ਹੋਰ ਰਿਸ਼ਤੇਦਾਰ ਕਰੀਬੀ ਆ ਰਹੇ ਨੇ, ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਰਿਸ਼ਤੇਦਾਰ ਕਰੀਬੀ ਜਾਂ ਫਿਰ ਸਿਆਸਤ ਦੇ ਸਾਥੀ ਜਾਂ ਫਿਰ VIP ਕਹਿ ਲਓ, ਉਹ ਇੱਥੇ ਇਹਨਾਂ ਨੂੰ ਲੰਗਰ ਦਾ ਪ੍ਰਬੰਧ ਕੀਤਾ ਹੋਇਆ। ਇਸੇ ਤਰ੍ਹਾਂ ਅਸੀਂ ਹੁਣ ਅੰਦਰ ਪੰਡਾਲ ਦੇ ਵਿੱਚ ਚੱਲਦੇ ਹਾਂ। ਪੰਡਾਲ ਦੇ ਵਿੱਚ ਵੀ ਤੁਹਾਨੂੰ ਦਿਖਾਉਂਦੇ ਹਾਂ ਕਿ ਪੰਡਾਲ ਦੇ ਅੰਦਰ ਕੀ ਪ੍ਰਬੰਧ ਕੀਤੇ ਹੋਏ ਨੇ, ਸੰਗਤ ਕਿੰਨੀ ਪਹੁੰਚ ਸਕਦੀ ਹੈ, ਕਿੰਨੇ ਪ੍ਰਬੰਧ ਕੀਤੇ ਹੋਏ ਨੇ। ਹਾਲਾਂਕਿ ਅੱਜ ਮੌਸਮ ਜਿਹੜਾ ਹੈਗਾ ਹੈ ਉਹ ਬਿਲਕੁਲ ਸਾਫ਼ ਹੈਗਾ, ਇਸ ਕਰਕੇ ਪਹਿਲਾਂ ਪ੍ਰੋਗਰਾਮ ਜਿਹੜਾ ਸੀ ਇਹ ਅੰਤਿਮ ਅਰਦਾਸ ਦਾ ਸਟੇਡੀਅਮ ਦੇ ਵਿੱਚ ਰੱਖਿਆ ਗਿਆ ਸੀ, ਪਰ ਹੁਣ ਇਸ ਨੂੰ ਇੱਕ ਸਕੂਲ ਦੀ ਬੈਕ ਸਾਈਡ ਦੇ ਉੱਪਰ ਜੋ ਸ਼ੈੱਡ ਬਣੀ ਹੋਈ ਹੈ ਉੱਥੇ ਰੱਖਿਆ ਹੋਇਆ। ਤਾਂ ਇਹ ਅੰਦਰ ਦੀਆਂ ਤਸਵੀਰਾਂ ਨੇ। ਅੰਦਰ ਤੋਂ ਜੇਕਰ ਮੈਂ ਤੁਹਾਨੂੰ ਦਿਖਾਵਾਂ ਤਾਂ ਬਿਲਕੁਲ ਸਾਹਮਣੇ ਜਿਹੜੇ ਹੈ ਉਹ ਗੁਰੂ ਸਾਹਿਬ ਸੁਸ਼ੋਭਿਤ ਹੈ, ਔਰ ਨਾਲ ਜੇਕਰ ਦੇਖਿਆ ਜਾਵੇ ਤਾਂ ਫੁੱਲਾਂ ਦੇ ਨਾਲ ਸਟੇਜ ਜਿਹੜੀ ਹੈ ਬਾਖੂਬੀ ਤਰੀਕੇ ਦੇ ਨਾਲ ਸਜਾਈ ਹੋਈ ਹੈ, ਔਰ ਉੱਪਰ ਸੰਤ ਸਮਾਜ ਹੋਰ ਮੁੱਖ ਸ਼ਖਸੀਅਤਾਂ ਜਿਹੜੀਆਂ ਹੈਗੀਆਂ ਨੇ ਉਹ ਉੱਪਰ ਮੌਜੂਦ ਹੈ। ਹਰਜਿੰਦਰ ਸਿੰਘ ਧਾਮੀ, ਹੋਰ ਸ਼ਖਸੀਅਤਾਂ ਜਿਹੜੀਆਂ ਅੰਦਰ ਮੌਜੂਦ ਹੈ। ਇਸੇ ਤਰ੍ਹਾਂ ਜੇਕਰ ਦੇਖਿਆ ਜਾਵੇ ਤਾਂ ਅੱਗੇ ਤੁਹਾਨੂੰ ਮੈਂ ਥੋੜ੍ਹਾ ਦਿਖਾਉਣ ਦੀ ਕੋਸ਼ਿਸ਼ ਕਰਦਾ। ਗੁਰੂ ਸਾਹਿਬ ਦੇ ਬਿਲਕੁਲ ਸਾਹਮਣੇ ਜਿਹੜਾ ਹੈਗਾ ਆ ਫੁੱਲ ਸੁਸ਼ੋਭਿਤ ਕੀਤੇ ਹੋਏ ਨੇ, ਵਧੀਆ ਤਰੀਕੇ ਨਾਲ ਸਜਾਇਆ ਹੋਇਆ। ਤਾਂ ਦੂਸਰੇ ਪਾਸੇ ਜਿਹੜੇ ਰਾਗੀ ਹੈਗੇ ਨੇ, ਰਾਗੀ ਸਿੰਘ, ਉਹ ਵੀ ਸ਼ਬਦ ਜਿਹੜੇ ਹੈਗੇ ਨੇ ਗੁਰਬਾਣੀ ਦੇ ਉਹ ਗਾਇਨ ਕਰ ਰਹੇ ਹੈ। ਤਾਂ ਇੱਥੇ ਸੰਗਤ ਨਤਮਸਤਕ ਹੋ ਰਹੀ ਹੈ, ਔਰ 25 ਤਰੀਕ ਨੂੰ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਜਾਂਦਾ ਸੀ, ਸਾਹ ਦੇ ਵਿੱਚ ਪ੍ਰੋਬਲਮ ਆਉਣ ਦੇ ਕਾਰਨ ਉਹਨਾਂ ਨੂੰ 15 ਅਪ੍ਰੈਲ ਨੂੰ ਫੋਰਟੀਜ਼ ਮੋਹਾਲੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਤਾਂ ਉਸ ਤੋਂ ਬਾਅਦ ਫਿਰ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ, ਸੰਸਕਾਰ ਤੋਂ ਬਾਅਦ ਕੱਲ੍ਹ ਜਿਹੜਾ ਹੈਗਾ ਆ ਉਹਨਾਂ ਦੀਆਂ ਅਸ਼ਥੀਆਂ ਜਿਹੜੀਆਂ ਪ੍ਰਵਾਹ ਕੀਤੀ ਜਾਂਦੀ ਹੈ ਜਲਪੁਰਾ। ਇੱਕ ਵਾਰ ਮੈਂ ਕੈਮਰਾਮੈਨ ਨੂੰ ਬੋਲਾਂਗਾ ਕਿ ਕੈਮਰੇ ਨੂੰ ਥੋੜ੍ਹਾ ਹਾਈਟ ਦੇ ਕੇ ਵਿਊ ਪੂਰਾ ਦਿਖਾਉਣ ਦੀ ਕੋਸ਼ਿਸ਼ ਕਰੇ, ਬੈਕ ਸਾਈਡ 'ਤੇ ਕਿੰਨੀ ਕੁ ਸੰਗਤ ਪਹੁੰਚੀ ਹੋਈ ਹੈ। ਤਾਂ ਇਹ ਤਸਵੀਰਾਂ ਆ ਤੁਸੀਂ ਦੇਖ ਰਹੇ ਹੋ ਪੰਡਾਲ ਦੀਆਂ, ਇਹ ਪੰਡਾਲ ਦੇ ਅੰਦਰ ਦੀਆਂ ਤਸਵੀਰਾਂ ਨੇ ਜਿੱਥੋਂ ਤੱਕ ਤੁਹਾਡੀ ਨਜ਼ਰ ਹੋ ਰਹੀ ਹੈ, ਇਹ ਪੰਡਾਲ ਦੇ ਅੰਦਰ ਦੀਆਂ ਤਸਵੀਰਾਂ। ਇਹ ਇਸ ਸਾਈਡ 'ਤੇ ਮੀਡੀਆ ਗੈਲਰੀ ਬਣਾਈ ਹੋਈ ਹੈ। ਹਾਲਾਂਕਿ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਆ ਥੋੜ੍ਹਾ ਜ਼ਿਆਦਾ ਹੀ ਸਿਕਿਉਰਿਟੀ ਨੂੰ ਲੈ ਕੇ ਚਿੰਤਾ ਦੇ ਵਿੱਚ ਹੈ, ਸ਼ਾਇਦ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਹੈਗੀ ਹੈ ਕੀ ਨਹੀਂ ਹੈਗੀ ਹੈ, ਪਰ ਜਿੱਥੇ ਸਿਕਿਉਰਿਟੀ ਦਿਖਾਈ ਜਾਣੀ ਚਾਹੀਦੀ ਹੈ ਉੱਥੇ ਤਾਂ ਦਿਖਾਉਂਦੇ ਨਹੀਂ। ਪਰ ਅਜਿਹੇ ਮਾਮੂ ਜਿਹੜਾ ਹੈ ਛੋਟੇ ਮੋਟੇ ਜੇਕਰ ਦੇਖਿਆ ਜਾਵੇ ਤਾਂ ਇਵੈਂਟ ਨੂੰ ਜਿਹੜਾ ਹੈਗਾ ਆ ਉਹ ਇੰਨਾ ਸਟਰੋਂਗਲੀ ਬਣਾ ਦਿੰਦੀ ਹੈ, ਪਰ ਜਦੋਂ ਸਿਕਿਉਰਿਟੀ ਦੀ ਲੋੜ ਹੁੰਦੀ ਹੈ ਉਦੋਂ ਨਹੀਂ ਆਉਂਦੀ। ਤਾਂ ਇਸੇ ਤਰ੍ਹਾਂ ਜੇਕਰ ਮੈਂ ਗੱਲ ਕਰ ਰਹਾ ਤਾਂ ਇਹ ਜਿਹੜਾ ਸਮਾਗਮ ਹੈਗਾ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚ ਰਹੀ ਹੈ। ਤਾਂ ਇਸ ਤਰ੍ਹਾਂ ਅੱਜ ਜਿਹੜੇ ਹੈਗਾ ਆ ਉਹ ਅੰਤਿਮ ਅਰਦਾਸ ਹੋਵੇਗੀ ਪ੍ਰਕਾਸ਼ ਸਿੰਘ ਬਾਦਲ ਦੀ। ਉਹਨਾਂ ਦਾ ਪਰਿਵਾਰ ਸੁਖਬੀਰ ਸਿੰਘ ਬਾਦਲ ਜਾਂ ਹੋਰ ਪਰਿਵਾਰਕ ਮੈਂਬਰ ਫਿਲਹਾਲ ਹਾਲੇ ਤੱਕ ਜਿਹੜਾ ਜੋ ਸਮਾਂ ਹੋਇਆ ਨਹੀਂ ਪਹੁੰਚੇ, ਤਾਂ ਥੋੜ੍ਹੀ ਦੇਰ ਦੇ ਵਿੱਚ ਉੱਥੇ ਜ਼ਰੂਰ ਸ਼ਿਰਕਤ ਕਰਨਗੇ। ਇਸ ਤੋਂ ਬਾਅਦ ਅਸੀਂ ਤੁਹਾਨੂੰ ਉਹ ਵੀ ਤਸਵੀਰਾਂ ਦਿਖਾਵਾਂਗੇ ਅਤੇ ਨਾਲ ਦੀ ਨਾਲ ਹੋਰ ਕਿਹੜੇ ਕਿਹੜੇ ਲੀਡਰ ਪਹੁੰਚੇ ਹੋਏ ਆ ਉਸ ਬਾਰੇ ਵੀ ਲਗਾਤਾਰ ਦਿਖਾਉਂਦੇ ਰਹਾਂਗੇ। ਕੈਮਰਾ ਪਰਸਨ ਹਰਵਿੰਦਰ ਸਿੰਘ ਦੇ ਨਾਲ ਰਾਹੁਲ ਕਲਾ, ਦ ਖਾਲਸ TV, ਪਿੰਡ ਬਾਦਲ, ਲੰਬੀ।